ਪ੍ਰਧਾਨ ਜੀ ਹੈਗੇ ਆ ਉਹਨਾਂ ਨੇ ਵੱਡੀ ਪੱਧਰ 'ਤੇ ਜਿਹੜੀ ਕੋਰ ਕਮੇਟੀ ਆ ਉਹ ਪੁਰਾਣਿਆਂ ਨੂੰ ਛੱਡ ਕੇ ਸਾਰੀ ਕਾਂਗਰਸ ਦੀ ਭਰੀ ਬੈਠੇ ਆ ਜਿਨ੍ਹਾਂ ਨੂੰ ਆਈਡੀਓਲੋਜੀ ਸੰਗਠਨ ਦੀ ਪਾਰਟੀ ਦੀ ਨਹੀਂ ਪਤਾ ਉਹ ਪਾਰਟੀ ਤੋਂ ਵਿੱਚ ਜਿਹੜੇ ਹੈਗੇ ਆ ਕੋਰ ਕਮੇਟੀ ਦੇ ਵਿੱਚ ਫੈਸਲੇ ਲੈਂਦੇ ਆ ਅਸੀਂ ਧੱਕੇ ਨਾਲ ਪੰਜਾਬ ਜਿਤਾ ਸਕਦੇ ਹਾਂ ਧੱਕੇ ਨਾਲ ਇੱਕ ਵੀ ਜੱਟ ਸਿੱਖ ਪੰਜਾਬ ਤੋਂ ਕਿਸੇ ਕੇਂਦਰ ਸਰਕਾਰ ਦੇ ਵਿੱਚ ਕਿਸੇ ਵਧੀਆ ਜਗ੍ਹਾ ਨਹੀਂ ਉਹਨੂੰ ਮਿਲੀ ਹੈਗੀ ਔਰ ਮੈਂ ਕਹਿੰਦਾ ਵੀ ਗਲਤੀ ਕਿਸੇ ਹੋਰ ਦੀ ਭੁਗਤ ਕੋਈ ਹੋਰ ਰਹੇ ਆ ਜਿਹੜਾ ਵੀ ਆਉਂਦਾ ਉਹ ਇਹ ਨਹੀਂ ਦੇਖਿਆ ਜਾਂਦਾ ਵੀ ਇਹਦਾ ਡਰੱਗਸ ਦੇ ਵਿੱਚ ਇਨਵੋਲਵ ਸੀ ਇਹ ਕਿਡਨੇਮਿਕ ਦੇ ਵਿੱਚ ਇਨਵੋਲਵ ਸੀ ਇਹ ਜਿੱਥੋਂ ਵੀ ਆਇਆ ਉੱਥੋਂ ਇਹਦਾ ਪਿਛਲਾ ਪਿਛੋਕੜ ਕੀ ਆ ਦੇ ਦਿਓ ਜੀ ਵਾਈ ਪਲੱਸ ਸਿਕਿਉਰਿਟੀ ਦੇ ਦਿਓ ਜੀ ਜੈੱਡ ਪਲੱਸ ਸਿਕਿਉਰਿਟੀ ਔਰ ਜਿਨ੍ਹਾਂ ਨੂੰ ਕਾਂਗਰਸ ਵਾਲਿਆਂ ਨੇ ਟਿਕਟਾਂ ਨਹੀਂ ਦਿੱਤੀਆਂ ਉਹ ਅੱਜ ਇੱਥੇ ਵਾਈ ਪਲੱਸ ਲੈ ਕੇ ਘੁੰਮ ਰਹੇ ਆ ਪਤਾ ਨਹੀਂ ਬੀਜੇਪੀ 'ਚ ਆ ਕੇ ਉਹਨਾਂ ਨੂੰ ਕੀ ਆਉਂਦਿਆਂ ਨੂੰ ਹੀ ਖਤਰਾ ਪੈ ਜਾਂਦਾ ਜੇ ਆਪਦੇ ਲੀਡਰ ਆਪਦੇ ਵਰਕਰ ਉਹ ਸੰਭਾਲੇ ਜਾਂਦੇ ਆਪਦੇ ਲੀਡਰਾਂ ਨੂੰ ਆਸ਼ੀਰਵਾਦ ਦਿੱਤਾ ਜਾਂਦਾ ਅਸੀਂ ਧੱਕੇ ਨਾਲ ਪੰਜਾਬ ਜਿਤਾ ਸਕਦੇ ਹਾਂ ਧੱਕੇ ਨਾਲ ਲੇਕਿਨ ਜਦੋਂ ਵਰਕਰ ਵੀ ਮਾਰਤਾ ਅਤੇ ਲੀਡਰ ਵੀ ਮਾਰਤੇ ਆਪਦਿਆਂ ਨੂੰ ਮਾਰੋ ਬਾਹਰੋਂ ਲਿਆਓ ਔਰ ਜਿਹੜੀ ਪਾਰਟੀ ਵਿਦ ਦਾ ਡਿਫਰੈਂਸ ਔਰ ਡਿਸਿਪਲਿਨ ਦੀ ਗੱਲ ਸੀ ਉਹ ਮੈਨੂੰ ਬਿਲਕੁਲ ਖਤਮ ਹੋ ਗਈ ਲੱਗਦੀ ਆ ਪਾਰਟੀ ਦਾ ਵਰਕਰ ਡੀਮੋਰਲਾਈਜ਼ ਹੈ ਔਰ ਕਿਹਾ ਗਿਆ ਵੀ ਅਸੀਂ 7% 'ਤੇ ਸੀ ਅਸੀਂ 40% ਵੋਟਿੰਗ 'ਤੇ ਜਾਣਾ ਮੈਂ ਕਿਹਾ ਜੀ ਕਿਉਂ ਗੱਲ ਕਰਦੇ ਹੋ 7 ਨਹੀਂ ਸੀ 6 ਸੀ ਪਰ ਜਿਸ ਹਿਸਾਬ ਦੇ ਨਾਲ ਆਪਾਂ ਚੱਲ ਰਹੇ ਹਾਂ ਥੱਲੇ ਨੂੰ ਆ ਰਹੇ ਹਾਂ ਉੱਪਰ ਸਾਨੂੰ ਨਹੀਂ ਕੁਛ ਦਿਖਾਈ ਦੇ ਰਿਹਾ ਤੁਹਾਨੂੰ ਜਿਹੜੇ ਮਿਲਦੇ ਆ ਖੁਸ਼ ਕਰਨ ਵਾਲੇ ਮਿਲਦੇ ਆ ਬਾਕੀ ਠੀਕ ਹੈ ਤੁਸੀਂ ਸੂਚਨਾ ਲਓ ਸਰਕਾਰੀ ਸੂਚਨਾ ਲਓ ਆਪਦੀ ਪ੍ਰਾਈਵੇਟ ਏਜੰਸੀ ਤੋਂ ਲਓ ਮੀਡੀਆ ਸਾਰਾ ਬੈਠਾ ਜਾਂ ਹੋਰ ਆ ਇਕੱਲੇ ਇਕੱਲੇ ਵਾਲੇ ਉਹ ਜਿਹੜਾ ਵਾਰ ਤੋਂ ਵੀ ਉਹ ਸਾਰਾ ਖਰੋਚ ਲੈਂਦਾ ਔਰ ਅੱਜ ਇੱਥੇ ਇਹਨਾਂ ਨੂੰ ਸੱਦਿਆ ਸੀ ਔਰ ਇਸ ਗੱਲ ਦਾ ਅਫਸੋਸ ਹੈ ਵੀ 30 ਸਾਲ ਲਾ ਕੇ 3 ਦਹਾਕੇ ਲਾ ਕੇ ਦਫ਼ਤਰ ਦਾ ਨਿਰਮਾਣ ਕਰਕੇ ਔਰ ਜਿਨ੍ਹਾਂ ਨੇ ਇਹ ਬਣਾਇਆ ਉਹ ਬਾਹਰ ਖੜ੍ਹਨ ਲਈ ਆਪਣੇ ਮੀਡੀਏ ਨਾਲ ਮਜਬੂਰ ਨੇ ਔਰ ਜਿਹੜੇ ਬਾਹਰੋਂ ਆਏ ਨੇ ਉਹ ਅੰਦਰ ਨੇ ਔਰ ਇੱਕ ਗੱਲ ਕਹਿੰਦਾ ਵੀ ਇਲੈਕਸ਼ਨਾਂ ਦੇ ਵਿੱਚ ਇਹ ਲੋਕ ਖੜ੍ਹੇ ਹੋਏ ਜਿਨ੍ਹਾਂ ਨੂੰ ਕੋਈ ਜਾਣਦਾ ਵੀ ਨਹੀਂ ਸੀ ਕੇਂਦਰ ਤੋਂ ਪੈਸਾ ਆਇਆ ਔਰ ਉਹ ਵੰਡਿਆ ਗਿਆ ਗਾਂ ਇਹਨਾਂ ਨੇ ਇਲੈਕਸ਼ਨਾਂ 'ਤੇ ਨਹੀਂ ਲਾਏ ਪੂਰੇ ਨਹੀਂ ਲਾਏ ਹਰੇਕ ਨੇ ਕਮਾਈ ਕੀਤੀ ਆ ਚਾਹੇ ਅਸੀਂ ਦਫ਼ਤਰ ਬਣਾਏ ਉੱਥੋਂ ਕਮਾਈ ਮਿਊਂਸਪਲ ਕਮੇਟੀਆਂ ਦੇ ਪੈਸੇ ਆਏ ਕੇਂਦਰ ਤੋਂ ਉਮੀਦਵਾਰਾਂ ਲਈ ਉੱਥੋਂ ਕਮਾਈ MLA ਦੇ ਪੈਸੇ ਆਏ ਉੱਥੋਂ ਕਮਾਈ ਔਰ ਜਿਹੜੇ ਆਪਣੇ ਬਾਈ ਇਲੈਕਸ਼ਨ ਹੋਏ ਜਾਂ ਹੋਰ ਹੋਏ ਕੀ ਅਸੀਂ ਇੱਥੇ ਲੜਨ ਆਏ ਹਾਂ ਕਿ ਕਮਾਈ ਕਰਨ ਆਏ ਹਾਂ ਉਹ ਲੋਕ ਆ ਵੀ ਜਿਨ੍ਹਾਂ ਨੇ 30 ਸਾਲਾਂ ਦੇ ਵਿੱਚ ਕਰੋੜਾਂ ਰੁਪਈਆ
ਘਰੋਂ ਲਾਇਆ, ਮੇਰੇ ਪਿੰਡ ਵਾਲੇ ਮੇਰੇ ਨਾਲ ਖੜ੍ਹੇ ਨੇ, ਮੇਰੇ ਪਿੰਡ ਤੋਂ ਮੇਰਾ ਭਾਈਚਾਰਾ ਮੇਰੇ ਭਾਈ ਨਾਲ ਖੜ੍ਹੇ ਨੇ। ਔਰ ਜੇ ਮਤਲਬ ਇੱਕ ਉਹਨਾਂ ਲੋਕਾਂ ਨੂੰ, ਕਿਉਂਕਿ ਵਰਲਡ ਵਾਈਡ ਘੁੰਮਿਆ, 2003 ਦੇ ਵਿੱਚ ਕੈਨੇਡਾ ਚਲਿਆ ਗਿਆ ਸੀ, ਮਹੀਨਾ ਘੁੰਮ ਕੇ ਆਇਆ, ਉਦੋਂ ਤੋਂ ਭਾਰਤੀ ਜਨਤਾ ਪਾਰਟੀ ਦਾ ਉੱਥੇ USA ਦੇ ਵਿੱਚ, ਯੂਰਪ ਦੇ ਵਿੱਚ HSS ਦਾ ਕੰਮ ਸਾਰਾ ਇਹਨੇ ਵੱਡੀ ਪੱਧਰ 'ਤੇ ਕੀਤਾ। ਰਹੀ ਗੱਲ ਇਹ ਵੀ ਆਹ ਜੇ ਵਰਕਰਾਂ ਦੀ ਗੱਲ ਕਰ ਰਹੇ ਹਾਂ ਵੀ ਲੀਡਰ ਜਿਹੜੇ ਹੈਗੇ ਆ ਸਾਡੇ ਉਹ ਇਗਨੋਰ ਨੇ, ਉਹਦੇ ਵਿੱਚ ਸੁਖਮਿੰਦਰਪਾਲ ਸਿੰਘ ਗਰੇਵਾਲ 1992 ਤੋਂ ਚੱਲਿਆ ਸੀ, ਜੱਟ ਸਿੱਖ ਸੀ, ਜੱਟ ਸਿੱਖ ਲਿਆ ਰਹੇ ਹਾਂ। ਉਹ ਯਾਰ ਜਿਹੜੇ ਤੁਹਾਡੇ ਵਿੱਚ ਕੰਮ ਕਰਦੇ ਆ ਉਹ ਕਦੇ ਜੱਟ ਸਿੱਖ ਨਹੀਂ ਰਹੇ, ਉਹਨਾਂ ਨੂੰ ਤਾਂ ਪਹਿਲਾਂ ਦੇਖ ਲਓ, ਉਹਨਾਂ ਨੂੰ ਅੱਖਾਂ ਪਰੋਖੇ ਕਿਉਂ ਕਰਦੇ ਹੋ? ਮੈਨੂੰ ਕੋਈ ਪੋਸਟ ਦਾ, ਕੋਈ ਅਹੁਦੇ ਦਾ ਮਨ ਤਾਂ ਇਹ ਨਹੀਂ ਹੈ, ਕਿਉਂਕਿ ਸੁਖਮਿੰਦਰਪਾਲ ਸਿੰਘ ਗਰੇਵਾਲ ਜਿੱਦਣ ਜੰਮਿਆ ਸੀ, ਹਰ ਕਿਸੇ ਵਾਂਗ ਉਹਦੀ ਮਾਂ ਨੇ, ਉਹਦੇ ਬਾਪ ਨੇ ਉਹਦਾ ਨਾਂ ਰੱਖਤਾ ਸੀ। ਇਹ ਨਾਂ ਵਰਲਡ ਵਾਈਡ ਆ, ਅੰਬੈਸੀਆਂ ਤੱਕ ਪ੍ਰੋਗਰਾਮ ਅਟੈਂਡ ਕੀਤੇ ਆ। ਔਰ ਹੁਣ ਦਾ ਨਹੀਂ ਕੈਨੇਡਾ ਅਮਰੀਕਾ ਜਾਂਦਾ, ਯੂਰਪ ਜਾਂਦਾ ਹੈਗਾ, ਬਹੁਤ ਦੇਰ ਦਾ ਜਾਂਦਾ ਸੀ। ਜੇ ਅਟੈਚੀ 18 ਕਿਲੋ ਦਾ ਲੈ ਕੇ ਗਿਆ ਤਾਂ ਵਾਪਸੀ 'ਤੇ 15 ਕਿਲੋ ਦਾ ਸੀ, ਕਿਸੇ ਤੋਂ ਸਵੈਟਰ ਤੱਕ ਨਹੀਂ ਲਿਆ। ਮਤਲਬ ਜੇ ਅਸੀਂ ਪਾਰਟੀ ਦੀ, ਸੰਗਠਨ ਦੀ ਸਿੱਖਿਆ ਦੀਕਸ਼ਾ 'ਤੇ ਚੱਲੇ ਔਰ ਸਾਡੇ ਵਰਕਰਾਂ ਦਾ, ਸਾਡੀ ਲੀਡਰਸ਼ਿਪ ਦਾ, ਪੰਜਾਬ ਵਿਚਲੀ ਲੀਡਰਸ਼ਿਪ ਦਾ ਬੁਰਾ ਹਾਲ ਹੋਵੇ, ਜਿਨ੍ਹਾਂ ਨੂੰ ਕਾਂਗਰਸ ਦੇ ਵਿੱਚੋਂ ਟਿਕਟ ਨਹੀਂ ਮਿਲੀ, ਉੱਥੋਂ ਧੱਕੇ ਧਕਾਏ ਇੱਥੇ ਆ ਗਏ, ਔਰ ਜਿਹੜੇ ਕਾਂਗਰਸ ਦਾ ਪੱਠਾ ਗੁੱਲ ਕਰਕੇ ਆਏ ਆ, ਆਉਣ ਵਾਲੇ ਸਮੇਂ ਦੇ ਵਿੱਚ, ਅੱਜ ਦੀ ਗੱਲ ਯਾਦ ਰੱਖਿਓ, ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਵੀ ਉਹ ਪੱਠਾ ਗੁੱਲ ਕਰਨਗੇ। ਪਾਰਟੀ ਦਾ ਜਿਹੜਾ ਵਰਕਰ ਆ, ਪਾਰਟੀ ਦੀ ਜਿਹੜੀ ਲੀਡਰਸ਼ਿਪ ਆ, ਜਿਹਨੂੰ ਤੁਸੀਂ ਇਗਨੋਰ ਕਰਕੇ ਚੱਲ ਰਹੇ ਹੋ, ਜਿਹੜੇ ਤੁਸੀਂ ਪੇਪਰਾਂ 'ਤੇ ਹੀ ਕੰਮ ਕਰ ਰਹੇ ਹੋ, ਜਿਹੜੇ ਤੁਸੀਂ ਲੋਕਾਂ ਦੇ ਵਿੱਚ ਨਹੀਂ ਜਾ ਰਹੇ, ਉਹਦਾ ਨੁਕਸਾਨ ਹੋਊਗਾ ਹੀ ਹੋਊਗਾ। ਬੜੇ ਸ਼ੌਕ ਨਾਲ ਕਹਿੰਦੇ ਅਬ ਤੋਂ ਹਮ ਗਾਵੋਂ ਮੇਂ ਵੀ ਜਾਣੇ ਲੱਗੇ। ਉਹ ਯਾਰ ਤੁਸੀਂ ਵੋਟਾਂ ਮੰਗਣ ਗਏ ਸੀ, ਜਿੱਥੇ ਹੋਰ ਪਾਰਟੀਆਂ ਮੰਗਣ ਜਾਂਦੀਆਂ ਨੇ ਉੱਥੇ ਤੁਸੀਂ ਮੰਗਣ ਚਲੇ ਗਏ, ਔਰ ਜਿੱਥੇ ਹੋਰ ਫਿਰਦੇ ਸੀ ਉੱਥੇ ਫਿਰਿਆ, ਉੱਥੋਂ ਵੋਟਾਂ ਕਿੰਨੀਆਂ ਲਿਆਏ ਹੋ ਇਹ ਵੀ ਦੱਸ ਦਿਓ, ਵੀ ਉੱਥੇ ਜਿਹੜੇ ਹਮ ਚਲੇ ਗਏ ਗਾਵੋਂ ਮੇਂ ਵੀ ਚਲੇ ਗਏ, ਗਾਵੋਂ ਵਾਲਿਆਂ ਨੇ ਜੇ ਵੋਟਾਂ ਨਹੀਂ ਪਾਈਆਂ ਜਾਂ ਹੋਰ। ਪੰਜਾਬ ਦੀ ਸਿੱਖ ਹੀ ਪਛਾਣੋ, ਪੰਜਾਬ ਦਾ ਜਿਹੜਾ ਸੰਗਠਨ ਹੈਗਾ ਉਹਨੂੰ, ਜਿਹੜੇ ਪੁਰਾਣੇ ਲੋਕ ਨੇ ਉਹਨਾਂ ਨੂੰ ਹੱਥ ਦਿਓ, ਉਹਦੀ ਪੰਜਾਬ ਦੀ ਸਿੱਖ ਹੀ ਪਛਾਣੋ, ਉਹਦੇ ਮੁਤਾਬਕ ਫੈਸਲੇ ਹੋਣ। ਅੱਜ ਪੰਜਾਬੀ ਜਿਹੜੇ ਹੈਗੇ ਆ ਉਹ ਖੁਸ਼ ਨਹੀਂ ਹੈਗੇ, ਸੰਤੁਸ਼ਟ ਨਹੀਂ ਹੈਗੇ। ਔਰ ਰਹੀ ਗੱਲ ਇਹ, ਮੈਂ ਯਾਰ ਵਿੱਚ, ਮੈਨੂੰ ਇੰਟਰਰਪਟ ਨਾ ਕਰੋ ਪਲੀਜ਼, ਹੱਥ ਜੋੜ ਕੇ ਬੇਨਤੀ ਆ, ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਫਿਰ ਭਾਈ ਜਿੱਥੇ ਉਹਨਾਂ ਨੂੰ ਨਹੀਂ ਚੰਗਾ ਲੱਗਦਾ ਜਾਂ ਹੋਰ ਆ। ਨਹੀਂ ਚਲੋ, ਗੱਲ ਇਹ ਆ, ਤੁਸੀਂ ਜਲਦੀ ਜਾਣਾ, ਮੈਂ ਤੁਹਾਡੇ ਕੋਲ ਆ ਜਾਊਂ। ਮੇਰੀ ਹੱਥ ਜੋੜ ਕੇ ਬੇਨਤੀ ਆ, ਇੱਕ ਤਾਂ ਮੈਂ ਬਾਹਰ ਖੜ੍ਹਾ ਆਪਦੇ ਸਾਥੀਆਂ ਸਮੇਤ, ਮੈਂ ਤੁਹਾਨੂੰ ਚਾਹ ਪਾਣੀ ਵੀ ਨਹੀਂ ਸਮਾਰ ਕੇ ਪਿਲਾ ਸਕਿਆ, ਕਿਉਂਕਿ ਪੰਜਾਬੀਆਂ ਤਾਂ ਪ੍ਰਾਹੁਣਾਚਾਰੀ ਦੇ ਵਿੱਚ ਮਸ਼ਹੂਰ ਨੇ, ਲੰਗਰ ਲਾਉਣ ਵਾਲੇ ਬੰਦੇ ਨੇ, ਔਰ ਇੱਥੇ ਮੈਂ ਤੁਹਾਨੂੰ ਸਮਾਰ ਕੇ ਪੁੱਛ ਨਹੀਂ ਸਕਿਆ। ਔਰ ਦਫ਼ਤਰ ਵੀ ਅਸੀਂ ਬਣਾਇਆ ਸੀ, ਪਰ ਬੇਇੱਜ਼ਤ ਹੋਣ ਲਈ ਨਹੀਂ ਬਣਾਇਆ ਸੀ।
ਔਰ ਹੋ ਸਕਦਾ ਵੀ ਹਾਂ ਇੱਕ ਗੱਲ ਕਹਿੰਦਾ ਵੀ ਸਾਨੂੰ ਪੁਰਾਣੇ ਹੋਣ ਦਾ ਪਾਰਟੀ ਦੇ ਵਿੱਚ ਜਿਹੜੀ ਲੀਡਰਸ਼ਿਪ ਵੀ ਬਹੁਤ ਪੁਰਾਣੀ ਬੈਠੀ ਆ ਜੀ ਪੁਰਾਣੇ ਹੋਣ ਦਾ ਉਹਦੀ ਸਜ਼ਾ ਨਾ ਦਿਓ ਵੀ ਇਹਨੇ ਕਿਤੇ ਨਹੀਂ ਜਾਣਾ ਹੈਗਾ ਅਸੀਂ ਨਵਿਆਂ ਨੂੰ ਸਾਂਭ ਲਈਏ ਇਹ ਨਾ ਹੋਵੇ ਵੀ ਜਿਹੜੇ ਪੁਰਾਣੇ ਨੇ ਉਹ ਪੱਕੇ ਘਰ ਬੈਠ ਜਾਣ ਜਿਹੜੇ ਨਵੇਂ ਨੇ ਉਹ ਤੁਹਾਡੇ ਕੋਲ ਰਹਿਣ ਨਾ ਔਰ ਜਿਹੜੇ ਲੋਕਾਂ ਨੇ ਕਾਂਗਰਸ ਪਾਰਟੀ ਦੀ ਸਰਕਾਰ ਦੇ ਵਿੱਚ ਵੱਡੀ ਪੱਧਰ 'ਤੇ ਕਮਾਈ ਕੀਤੀ ਉਹ ਭੱਜ ਭੱਜ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਏ ਹੁਣ ਕੁਛ ਲੋਕ ਹੋਰ ਵੀ ਉਹ ਨੇ ਵੀ ਉਹਨਾਂ ਦੇ ਜਿਹੜੇ ਕੇਸ ਨੇ ਇਹ ਤਾਂ ਕਹਿੰਦੇ ਆ ਜੀ ਵੀ ਸਾਡੇ 'ਚ ਲੀਡਰ ਆ ਗਿਆ ਉਹ ਪਿੱਛੇ ਕੀ ਕਰਕੇ ਆਇਆ ਕੁਛ ਨਹੀਂ ਪਤਾ ਗਾਹਾਂ ਉਹ ਆਇਆ ਬਚਣ ਨੂੰ ਆਪਣੀਆਂ ਜਿਹੜਾ ਉਹਨੇ ਕਰਪਸ਼ਨ ਕੀਤੀ ਆ ਔਰ ਜਦੋਂ ਇੱਥੇ ਉਹ ਜੁਆਇਨ ਕਰਦੇ ਆ ਉਹਨਾਂ ਦੀ ਕਰਪਸ਼ਨ ਜਦੋਂ ਨੰਗੀ ਹੁੰਦੀ ਆ ਜਦੋਂ ਵਿਜੀਲੈਂਸ ਫੜਦੀ ਆ ਤਾਂ ਕਹਿੰਦੇ ਆ ਜੀ ਭਾਰਤੀ ਜਨਤਾ ਪਾਰਟੀ ਦਾ ਲੀਡਰ ਗ੍ਰਿਫਤਾਰ ਹੋ ਗਿਆ ਉਹਨੂੰ ਵਿਜੀਲੈਂਸ ਨੇ ਫੜ ਲਿਆ ਇਹਨੇ ਵੱਡੀ ਪੱਧਰ 'ਤੇ ਕਰਪਸ਼ਨ ਕੀਤੀ ਸੀ ਉਹ ਯਾਰੋ ਭਾਰਤੀ ਜਨਤਾ ਪਾਰਟੀ ਦੇ ਪੁਰਾਣੇ ਲੀਡਰਾਂ ਨੇ ਪੁਰਾਣੇ ਵਰਕਰਾਂ ਨੇ ਉਹਨਾਂ ਨੇ ਆਪਣਾ ਚਮੜਾ ਹੰਢਾਇਆ ਉਹਨਾਂ ਨੇ ਪੈਸੇ ਨਹੀਂ ਲਏ ਜਿਹੜੇ ਬਾਹਰੋਂ ਆਏ ਨੇ ਉਹਨਾਂ ਨੇ ਕਰਪਸ਼ਨ ਉੱਥੋਂ ਕੀਤੀ ਆ ਜਿਹੜਾ ਉਹਨਾਂ ਨੇ ਹੁਣ ਇੱਕ ਕਮਲ ਦੇ ਫੁੱਲ ਵਾਲੀ ਕਾਂਗਰਸ ਬਣ ਗਈ ਆ ਔਰ ਰਹੀ ਗੱਲ ਉਹ ਜਦੋਂ ਇੱਥੇ ਆਉਂਦੇ ਆ ਜਦੋਂ ਵਿਜੀਲੈਂਸ ਫੜ ਕੇ ਲੈ ਕੇ ਜਾਂਦੀ ਆ ਔਰ ਜਦੋਂ ਹੁੰਦਾ ਵੀ ਭਾਰਤੀ ਜਨਤਾ ਪਾਰਟੀ ਦਾ ਲੀਡਰ ਫੜ ਲਿਆ ਤਾਂ ਵਰਕਰਾਂ ਦੇ ਮਨ ਨੂੰ ਠੇਸ ਪਹੁੰਚਦੀ ਆ ਪਾਰਟੀ ਦਾ ਨਾਂ ਜਿਹੜਾ ਹੈਗਾ ਉਹ ਬਦਨਾਮ ਹੁੰਦਾ ਔਰ ਹੁਣ ਕਾਫੀ ਲੋਕ ਉਹ ਨੇ ਜਿਨ੍ਹਾਂ ਨੂੰ ਵਿਜੀਲੈਂਸ ਨੇ ਫੜਿਆ ਸੀ ਉਹਨਾਂ ਦੇ ਕੇਸ ਹੁਣ ਈਡੀ ਕੋਲ ਚਲੇ ਗਏ ਆ ਬੜੀ ਵਧੀਆ ਖੇਲ ਆ ਕੋਈ ਕੁਣਬਾ ਕੋਈ ਸਾਥੀ ਕੋਈ ਆਪਣੇ ਨਾਲ ਲਿਆਉਣ ਦੀ ਲੋੜ ਨਹੀਂ ਬੀਜੇਪੀ ਜੁਆਇਨ ਕਰ ਲਓ ਆਪਦਾ ਬਚ ਜਾਓ ਜਦੋਂ ਕੋਈ ਨਵੀਂ ਸਰਕਾਰ ਬਣਾਈ ਜਾਂ ਕੋਈ ਜ਼ਿਆਦਾ ਤਗੜਾ ਹੋਇਆ ਆਪਾਂ ਉੱਧਰ ਨੂੰ ਭੱਜ ਜਾਵਾਂਗੇ ਰਹੀ ਗੱਲ ਇਹ ਵੀ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਜਾਂ ਜਿਹੜੇ ਪ੍ਰਧਾਨ ਜੀ ਹੈਗੇ ਆ ਉਹਨਾਂ ਨੇ ਵੱਡੀ ਪੱਧਰ 'ਤੇ ਜਿਹੜੀ ਕੋਰ ਕਮੇਟੀ ਆ ਉਹ ਪੁਰਾਣਿਆਂ ਨੂੰ ਛੱਡ ਕੇ ਸਾਰੀ ਕਾਂਗਰਸ ਦੀ ਭਰੀ ਬੈਠੇ ਆ ਜਿਨ੍ਹਾਂ ਨੂੰ ਆਈਡੀਓਲੋਜੀ ਸੰਗਠਨ ਦੀ ਪਾਰਟੀ ਦੀ ਨਹੀਂ ਪਤਾ ਉਹ ਪਾਰਟੀ ਤੋਂ ਵਿੱਚ ਜਿਹੜੇ ਹੈਗੇ ਆ ਕੋਰ ਕਮੇਟੀ ਦੇ ਵਿੱਚ ਫੈਸਲੇ ਲੈਂਦੇ ਆ ਔਰ ਜਿਹੜਾ ਪਾਰਟੀ ਦਾ ਨੁਕਸਾਨ ਹੋਊਗਾ ਔਰ ਇਹ ਆਸ ਨਹੀਂ ਸੀ ਵੀ ਇਹ ਇਸ ਤਰ੍ਹਾਂ ਦਾ ਹੋਊਗਾ ਵੀ 30 ਸਾਲ ਲਾ ਕੇ ਇੱਕ ਜੱਟ ਸਿੱਖ ਨੂੰ ਹਾਂ ਇੱਕ ਇਹ ਵੀ ਕਹਿਣਾ ਕਿਸਾਨੀ ਮੋਰਚਾ ਲੱਗਿਆ ਉਹਦੇ ਵਿੱਚ ਜਿਹੜੇ ਸੀ ਅਸੀਂ ਪਾਰਟੀ ਦਾ ਡਟ ਕੇ ਸਾਥ ਦਿੱਤਾ ਬਿਲਕੁਲ ਦਿੱਤਾ ਉਹ ਯਾਰ ਜੇ ਤੁਹਾਨੂੰ ਵਾਪਸ ਲੈਣਾ ਪੈ ਗਿਆ ਤੁਸੀਂ ਗੁੱਸਾ ਕਿਉਂ ਮਨ 'ਚ ਰੱਖੀ ਬੈਠੇ ਹੋ ਤੁਸੀਂ ਸਾਡਾ ਤਾਂ ਨਾ ਨੁਕਸਾਨ ਕਰੋ ਮਤਲਬ ਇਹ ਆ ਤੁਸੀਂ ਲਾਗੂ ਕੀਤੇ ਤੁਸੀਂ ਵਾਪਸ ਲੈ ਉਹਦੇ 'ਚ ਜੱਟ ਸਿੱਖਾਂ ਦਾ ਕੀ ਕਸੂਰ ਆ ਇੱਕ ਵੀ ਜੱਟ ਸਿੱਖ ਪੰਜਾਬ ਤੋਂ ਕਿਸੇ ਕੇਂਦਰ ਸਰਕਾਰ ਦੇ ਵਿੱਚ ਕਿਸੇ ਵਧੀਆ ਜਗ੍ਹਾ ਨਹੀਂ ਉਹਨੂੰ ਮਿਲੀ ਹੈਗੀ ਔਰ ਮੈਂ ਕਹਿੰਦਾ ਵੀ ਗਲਤੀ ਕਿਸੇ ਹੋਰ ਦੀ ਭੁਗਤ ਕੋਈ ਹੋਰ ਰਹੇ ਆ ਔਰ ਰਹੀ ਗੱਲ ਇਹ ਅਸੀਂ ਭਾਰਤੀ ਜਨਤਾ ਪਾਰਟੀ ਜ਼ਿੰਦਾਬਾਦ ਕਰਨ ਵਾਲੇ ਹਾਂ ਮੈਂ ਇਹ ਕਹਿੰਦਾ ਰੱਖਣਿਆ ਸੰਭਾਲ ਕੇ ਰੱਖੋ ਨਹੀਂ ਕੋਈ ਛੱਡ ਕੇ ਜਾਣ ਵਾਲਾ ਨਹੀਂ ਜਿਹੜਾ ਕੋਈ ਸਖਤ ਫੈਸਲਾ ਲੈਣਾ ਲੈ ਲਓ ਸਾਰੇ ਤਿਆਰ ਬੈਠੇ ਹਾਂ ਹੋ ਸਕਦਾ ਵੀ ਅੱਜ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਮੈਂ ਤਾਂ ਨਹੀਂ ਛੱਡ ਕੇ ਜਾਂਦਾ ਜੇ ਮੈਨੂੰ ਇਹ ਭੇਜਣਗੇ
ਤਾਂ ਮੇਰੀ ਉਹ ਮਜਬੂਰੀ ਹੋਊਗੀ, ਕਿਉਂਕਿ ਮੇਰੀ ਪਿੱਠ 'ਤੇ ਇਹ ਨਹੀਂ ਲੱਗੂਗਾ ਵੀ 30 ਸਾਲ ਲਾ ਕੇ ਵੀ ਇਹ ਬੰਦਾ ਰਿਜ਼ਾਈਨ ਕਰ ਗਿਆ ਜਾਂ ਆਪਣੀ ਪਿੱਠ ਦਿਖਾ ਗਿਆ।